ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੰਘ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਦੇ ਜਹਿਦਰ ਸਾਹਿਬ ਵੱਲੋਂ ਜੋ ਹੁਕਮ ਆਇਆ ਸੀ, ਉਸ ਹੁਕਮ ਦੇ ਤਹਿਤ ਜੋ ਆਪਣਾ ਯੂਟਿਊਬ ਚੈਨਲ ਸਥਾਪਿਤ ਕਰਨ ਦਾ ਪ੍ਰੋਗਰਾਮ ਜਿਹੜਾ ਕਿ 24 ਤਰੀਕ ਤੋਂ ਆਰੰਭ ਹੋਣਾ, ਉਸ ਸੰਬੰਧ ਦੇ ਵਿੱਚ ਅੱਜ ਸ੍ਰੀ ਅਖੰਡਪੁਰ ਸਾਹਿਬ ਜੀ ਦੀ ਆਰੰਭਤਾ ਹੋਈ, ਅਰਦਾਸ ਕੀਤੀ ਗਈ ਆ ਅਤੇ 23 ਤਰੀਕ ਤੱਕ ਜਿਹੜਾ ਕਿ ਜਿਹੜਾ ਪ੍ਰਸਾਰਣ ਚੱਲ ਰਿਹਾ ਸੀ, ਜਿਹੜਾ ਕਿ PTC ਚੈਨਲ ਵੱਲੋਂ ਚੱਲ ਰਿਹਾ ਸੀ ਕੀਰਤਨ ਦਾ ਪ੍ਰਸਾਰਣ, ਉਹ ਜਿਹੜਾ ਸਮਝੌਤੇ ਤਹਿਤ ਉਹ ਪੂਰਾ ਹੁਣ ਜਾ ਰਿਹਾ। ਇਸ ਸਮੇਂ ਦੇ ਦੌਰਾਨ ਜਿੱਥੇ ਅਸੀਂ ਅਕਾਲ ਤਖਤ ਸਾਹਿਬ ਦੇ ਸਤਿਕਾਰ ਅਤੇ ਸਨਮਾਨ ਅਤੇ ਹੁਕਮਾਂ ਦੇ ਤਹਿਤ ਜਿਹੜਾ ਯੂਟਿਊਬ ਚੈਨਲ ਚਲਾਉਣ ਦਾ ਫੈਸਲਾ ਕੀਤਾ ਅਤੇ ਇਸ ਦੇ ਨਾਲ ਦੀ ਨਾਲ ਏਕ ਅਧਿਕਾਰ ਦਾ ਜਿਹੜਾ ਵਾਵੇਲਾ ਖੜ੍ਹਾ ਕੀਤਾ ਗਿਆ ਸੀ, ਉਸ ਨੂੰ ਜਿਹੜਾ ਖਤਮ ਕਰਨ ਦਾ ਫੈਸਲਾ ਕੀਤਾ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ। ਇਸ ਸਮੇਂ ਦੇ ਦੌਰਾਨ ਸੰਗਤਾਂ ਦੇ ਅੰਦਰ ਇੱਕ ਜੋ ਕੀਰਤਨ ਪ੍ਰਤੀ ਸ਼ਰਧਾ ਲਗਾ ਅਤੇ ਹਰ ਘਰ ਦੇ ਅੰਦਰ ਜਿਹੜਾ ਕਿ ਅੰਮ੍ਰਿਤ ਵੇਲਾ ਜਿਹੜਾ ਉਹ ਸੱਚਖੰਡ ਸਾਹਿਬ ਦੇ ਕੀਰਤਨ ਦੇ ਨਾਲ ਹੀ ਆਰੰਭ ਹੁੰਦਾ ਹੈ। ਆਸਾ ਦੀ ਵਾਰ, ਹੋਰ ਵੀ ਕਥਾ ਵਿਚਾਰ ਜਿਹੜੀ ਹੈ ਦਰਬਾਰ ਸਾਹਿਬ ਤੋਂ ਸੰਗਤ ਸੁਣਦੀ ਹੈ ਅਤੇ ਜੁੜੀ ਹੋਈ ਆ। ਇਹਨਾਂ ਦਾ ਜੁੜਾਵ ਜਿਹੜਾ ਵਾ, ਇਹ ਦੇਸ਼ ਨਹੀਂ, ਇਹ ਵਿਦੇਸ਼ ਦੇ ਅੰਦਰ ਹਰ ਸਿੱਖ ਦੇ ਗੁਰੂ ਨਾਨਕ ਨਾਮ ਲੇਵਾ ਘਰ ਦੇ ਸੰਗਤ ਤੱਕ ਹੈ। ਅਤੇ ਇਹ ਵੀ ਗੱਲ ਦੇਖਣ ਵਿੱਚ ਆਈ ਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿਹੜੇ ਹੁਣ ਪ੍ਰਬੰਧ ਸੋਚੇ ਗਏ ਆ, ਜਿਹੜਾ ਕਿ ਯੂਟਿਊਬ ਹੈ, ਇਹਦੇ ਨਾਲ ਕਾਫੀ ਸੰਗਤ ਜਿਹੜੀ ਹੈ ਇਸ ਪ੍ਰਸਾਰਣ ਤੋਂ, ਜਿਹੜਾ ਕੀਰਤਨ ਜਿਹੜਾ ਪ੍ਰਸਾਰਣ ਦਾ ਸਰਵਣ ਕਰਨ ਤੋਂ ਵਾਂਝੀ ਰਹਿ ਜਾਣ ਦਾ ਮਨ ਦੇ ਵਿੱਚ ਖਦਸ਼ਾ ਵਾ ਅਤੇ ਸੰਗਤ ਦੇ ਵਿੱਚ ਕਾਫੀ ਜ਼ਿਆਦਾ ਇਸ ਗੱਲ ਲਈ ਫਿਕਰਮੰਦੀ ਹੈ। ਸੋ ਪਿਛਲੇ ਦਿਨਾਂ ਦੇ ਵਿੱਚ ਚਾਹੇ ਵਿਦਵਾਨ ਲੋਕ ਹੋਣ ਚਾਹੇ ਸੰਗਤ ਹੈ, ਦੇਸ਼ ਅਤੇ ਵਿਦੇਸ਼ ਤੋਂ ਬਹੁਤ ਵੱਡੇ ਪੱਧਰ 'ਤੇ ਜਿੱਥੇ ਸੁਨੇਹੇ ਆ ਰਹੇ ਨੇ ਉੱਥੇ ਇਸ ਗੱਲ ਬਾਰੇ ਜਾਣਕਾਰੀ ਮੰਗੀ ਜਾ ਰਹੀ ਹੈ। ਸਾਡੇ ਬੜੇ ਸਨਮਾਨਯੋਗ ਜਿਵੇਂ ਕਥਾਵਾਚਕ ਸਾਹਿਬਾਨ ਗਿਆਨੀ ਪਿੰਦਰਪਾਲ ਜੀ ਨੇ ਵੀ ਇਸ ਬਾਰੇ ਵਿਚਾਰ ਦਿੱਤੀ ਆ, ਬਾਬਾ ਬੰਤਾ ਸਿੰਘ ਜੀ ਨੇ ਦਿੱਤੀ ਆ, SP ਸਿੰਘ ਹੋਣਾ ਨੇ ਦਿੱਤੀ ਆ, ਹੋਰ ਵੀ ਵੱਖ ਵੱਖ ਜਥੇਬੰਦੀਆਂ ਨੇ ਇਸ ਗੱਲ ਲਈ ਆਪਣਾ ਜਿਹੜਾ ਮਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜਿਹੜਾ ਦਿੱਤਾ। ਅਤੇ ਅੱਜ ਸਾਨੂੰ ਇੱਕ ਹੋਰ ਆਦੇਸ਼ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਾਹਿਬ ਗਿਆਨੀ ਰਘਵੀਰ ਸਿੰਘ ਜੀ ਵੱਲੋਂ ਇੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਦੇ ਨਾਮ 'ਤੇ ਇੱਕ ਆਦੇਸ਼ ਜਾਰੀ ਹੋਇਆ। ਉਸ ਆਦੇਸ਼ ਦੇ ਵਿੱਚ ਜੋ ਸੰਗਤ ਦੀ ਭਾਵਨਾ ਵਾ, ਮੈਂ ਉਸ ਸੰਗਤ ਦੀ ਭਾਵਨਾ ਦੇ ਵਿੱਚ ਜਿਵੇਂ ਉਹਨਾਂ ਨੇ ਇਹ ਜ਼ਿਕਰ ਕੀਤਾ ਕਿ ਬਹੁਤ ਸਾਰੀ ਸੰਗਤ ਇਹੀ ਹੈ ਜਿਸ ਕੋਲ ਨਾ ਸਮਾਰਟਫੋਨ ਹੈ ਅਤੇ ਨਾ ਹੀ ਸਮਾਰਟ TV ਹੈ, ਅਤੇ ਇਸ ਕਰਕੇ ਬਹੁਤ ਸੰਗਤ ਜਿਹੜੀ ਆ ਯੂਟਿਊਬ ਚੈਨਲ ਰਾਹੀਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ, ਕੀਰਤਨ, ਗੁਰਬਾਣੀ ਪਾਠ ਆਦਿ ਤੋਂ ਵਾਂਝੀ ਰਹਿ ਸਕਦੀ ਹੈ। ਅਕਾਲ ਤਖਤ ਸਾਹਿਬ ਦੇ ਜਥੇਦਾਰ ਸੰਗਤ ਦੀਆਂ ਭਾਵਨਾਵਾਂ ਨੂੰ ਸਮਝਦਿਆਂ ਹੋਇਆਂ ਉਹਨਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਹ ਹੁਕਮ ਜਾਰੀ ਕੀਤਾ, ਆਦੇਸ਼ ਜਾਰੀ ਕੀਤਾ ਕਿ ਜਿੰਨੀ ਦੇਰ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣਾ ਸੈਟੇਲਾਈਟ ਚੈਨਲ ਦਾ ਪ੍ਰਬੰਧ ਨਹੀਂ ਕਰਦੀ, ਉਨੀ ਦੇਰ ਤੱਕ ਜਿਹੜੇ ਪਹਿਲਾਂ ਪ੍ਰਬੰਧ ਚੱਲ ਰਹੇ ਉਸ ਨੂੰ ਅੱਗੇ ਵਧਾਉਣ ਦਾ ਉਹਨਾਂ ਨੇ ਸਾਨੂੰ ਆਦੇਸ਼ ਕੀਤਾ। ਇੱਥੇ ਅਸੀਂ ਜਾਣਕਾਰੀ ਦੇ ਦਈਏ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਸਾਹਿਬ ਵੱਲੋਂ ਪਿਛਲੇ ਦਿਨਾਂ 'ਚ ਜੋ ਐਲਾਨ ਕੀਤੇ ਗਏ ਸੀ ਸੈਟੇਲਾਈਟ ਚੈਨਲ ਦੇ ਸੰਬੰਧ ਵਿੱਚ, ਉਸ ਸੰਬੰਧੀ ਜਿੱਥੇ ਪੱਤਰਾਚਾਰ ਵੀ ਚੱਲ ਰਿਹਾ, ਜਿੱਥੇ ਸਰਕਾਰ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਈ ਚੈਨਲ ਦੇ ਵਾਸਤੇ ਪੱਤਰ ਲਿਖਿਆ ਜਾ ਰਿਹਾ ਅਤੇ ਇੱਕ ਵਫਦ ਨੂੰ ਉਹਨਾਂ ਨਾਲ ਗੱਲਬਾਤ ਕਰਨ ਲਈ ਚਿੱਠੀ ਵੀ ਭੇਜ ਦਿੱਤੀ ਗਈ ਆ। ਸੋ ਹਰ ਹੀਲਾ ਵਰਤ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣਾ ਚੈਨਲ ਸੈਟੇਲਾਈਟ ਚੈਨਲ ਸਥਾਪਿਤ ਕਰਨ ਦੇ ਲਈ ਹਰ ਜਿਹੜਾ ਕੋਸ਼ਿਸ਼ ਜਾਰੀ ਕਰ ਰਹੀ ਆ। ਪਰ ਅੱਜ ਦੇ ਸਮੇਂ ਦੇ ਆਧਾਰਿਤ ਸਮੁੱਚੀ ਜਿਹੜੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਬੰਧਕੀ ਟੀਮ ਪ੍ਰਧਾਨ ਸਾਹਿਬ ਦੀ ਅਗਵਾਈ ਵਿੱਚ ਇਹ ਇੱਕ ਵਿਚਾਰ ਲਿਆਂਦਾ ਜੋ ਆਦੇਸ਼ ਸਿੰਘ ਸਾਹਿਬ ਵੱਲੋਂ ਆਇਆ। ਸੋ ਉਹ ਇਹੀ ਵਿਚਾਰ ਆ ਕਿ ਸਾਡੇ ਕੋਲ ਅੱਜ ਦੀ ਤਰੀਕ ਜੋ ਬਦਲਵੇਂ ਪ੍ਰਬੰਧ ਨੇ ਉਹ ਪਿਛਲੇ ਸਮੇਂ 'ਚ ਜੋ ਪ੍ਰਸਾਰਣ ਚੱਲ ਰਿਹਾ PTC ਵੱਲੋਂ,
ਸੋ ਉਹੀ ਸਾਡੇ ਕੋਲ ਅੱਜ ਦੀ ਤਰੀਕ 'ਚ ਇਸ ਸਮੇਂ ਦੇ ਦੌਰਾਨ ਜਿਹੜਾ ਬਦਲਵਾਂ ਪ੍ਰਬੰਧ ਜਿਹੜਾ ਜਾਰੀ ਰੱਖਿਆ ਜਾਣ ਦਾ ਸਾਡੇ ਆਪਸੀ ਵਿਚਾਰ ਹੋਈ ਹੈ। ਸੋ ਭਾਵੇਂ ਕਿ ਪ੍ਰਧਾਨ ਸਾਹਿਬ ਜੀ ਦੇ ਘਰ ਦੇ ਅੰਦਰ ਇੱਕ ਵੱਡਾ ਕਹਿੰਦੇ ਹੁੰਦੇ ਦੁਖਾਂਤ ਵਾਪਰਿਆ, ਉਹਨਾਂ ਦੇ ਪਰਿਵਾਰਕ ਇੱਕ ਨੌਜਵਾਨ ਬੱਚਾ ਜਿਹੜਾ ਉਹ ਚੜ੍ਹਾਈ ਕਰ ਗਿਆ, ਇਸ ਕਰਕੇ ਉਹ ਅੱਜ ਭਾਵੇਂ ਇਸ ਮੀਟਿੰਗ ਦੇ ਵਿੱਚ ਹਾਜ਼ਰ ਨਹੀਂ ਹੋ ਸਕੇ। ਉਹਨਾਂ ਦੇ ਨਾਲ ਸਾਰੀ ਵਿਚਾਰ ਕਰਨ ਤੋਂ ਉਪਰੰਤ ਆਪ ਸੰਗਤ ਦੇ ਰੂਬਰੂ ਜਿਹੜੀ ਸਿੰਘ ਸਾਹਿਬ ਵੱਲੋਂ ਆਏ ਆਦੇਸ਼ ਦੇ ਜਾਣਕਾਰੀ ਦੇਣੀ ਚਾਹੁੰਦੇ ਹਾਂ ਕਿ ਪ੍ਰਧਾਨ ਜੀ ਵੱਲੋਂ ਜਿਹੜਾ PTC ਅਦਾਰਾ ਉਸ ਨੂੰ ਇੱਕ ਬੇਨਤੀ ਪੱਤਰ ਅਸੀਂ ਦੇਣ ਜਾ ਰਹੇ ਹਾਂ ਕਿ ਜਿੰਨੀ ਦੇਰ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸੈਟਲਾਈਟ ਚੈਨਲ ਨਹੀਂ ਸ਼ੁਰੂ ਹੁੰਦਾ, ਉਨੀ ਦੇਰ ਤੱਕ ਸੰਗਤਾਂ ਦੀਆਂ ਭਾਵਨਾਵਾਂ ਅਤੇ ਸੰਗਤਾਂ ਦੀ ਮਨ ਦੀ ਮਨਸ਼ਾ ਜਿਹੜੀ ਆ ਦਰਬਾਰ ਸਾਹਿਬ ਦੇ ਕੀਰਤਨ ਨੂੰ ਪ੍ਰਸਾਰਣ ਨੂੰ ਸੈਟਲਾਈਟ ਰਾਹੀਂ ਜਿਹੜਾ ਉਹ ਕੁੱਲ ਦੁਨੀਆ ਵਿੱਚ ਦਰਸ਼ਨ ਕਰਦੇ ਆ ਉਸ ਨੂੰ ਜਿਹੜਾ ਕਿ ਉਸੇ ਤਰ੍ਹਾਂ ਹੀ ਜਾਰੀ ਰੱਖਿਆ ਜਾਵੇ। ਸੋ ਸ਼੍ਰੋਮਣੀ ਕਮੇਟੀ ਵੱਲੋਂ ਜਿਵੇਂ ਪਿਛਲੇ ਸਮੇਂ ਵਿੱਚ ਅਸੀਂ PTC ਦਾ ਧੰਨਵਾਦ ਵੀ ਕਰਦੇ ਹਾਂ ਅਤੇ ਸ਼ਲਾਘਾ ਵੀ ਕਰਦੇ ਹਾਂ ਕਿ ਜਿਹੜੀਆਂ ਸੇਵਾਵਾਂ ਉਹਨਾਂ ਨੇ ਨਿਰੰਤਰ ਜਾਰੀ ਰੱਖੀਆਂ, ਜਿਹੜੀਆਂ ਸੇਵਾਵਾਂ ਉਹਨਾਂ ਨੇ ਗੁਰੂ ਦੀ ਭੈ ਭਾਵਨੀ ਵਿੱਚ ਮਰਜ਼ਾਦਾ ਨਾਲ ਕੀਤੀਆਂ, ਅਤੇ ਅਸੀਂ ਆਸ ਕਰਦੇ ਹਾਂ ਪ੍ਰਧਾਨ ਜੀ ਵੱਲੋਂ ਜੋ ਪੱਤਰ ਉਹਨਾਂ ਨੂੰ ਅਸੀਂ ਭੇਜ ਰਹੇ ਹਾਂ ਉਸ ਬੇਨਤੀ ਪੱਤਰ ਨੂੰ ਪ੍ਰਵਾਨ ਕਰਦੇ ਹੋਏ ਅਗਲੇ ਕੁਛ ਸਮੇਂ ਲਈ ਜਿੰਨੀ ਦੇਰ ਚੈਨਲ ਦੀ ਆਰੰਭਤਾ ਨਹੀਂ ਹੁੰਦੀ ਸਿੰਘ ਸਾਹਿਬ ਦੇ ਆਏ ਆਦੇਸ਼ਾਂ ਅਤੇ ਸੰਗਤ ਦੀਆਂ ਭਾਵਨਾ ਦੇ ਮੱਦੇਨਜ਼ਰ ਇਹ ਸੇਵਾਵਾਂ ਨਿਰੰਤਰ ਜਿਹੜੀਆਂ ਇਹ ਜਾਰੀ ਰੱਖਣ ਦੀ ਅਸੀਂ ਬੇਨਤੀ ਅੱਜ ਇਹ ਕਰ ਰਹੇ ਹਾਂ।